ਕਾਰਗਿਲ ਦਿਵਸ ਦਾ ਅੱਜ ਮੌਕਾ ਹੈ। ਇਸ ਦਿਵਸ ਦੇ ਮੌਕੇ ਤੇ ਪੰਜਾਬ ਸਣੇ ਪੂਰੇ ਦੇਸ਼ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਵੇਖੋ ਰਿਪੋਰਟ। ਅੱਜ ਤੋਂ 20 ਸਾਲ ਪਹਿਲਾਂ ਹੋਏ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰਗਿਲ ਯੁੱਧ ਦੀਆਂ ਯਾਦਾਂ ਅੱਜ ਤਾਜ਼ਾ ਹੋ ਗਈਆਂ ਨੇ। ਪੂਰਾ ਦੇਸ਼ ਅੱਜ ਵਿਜੇ ਦਿਵਸ ਮਨਾ ਰਿਹਾ ਹੈ ਤੇ ਪੰਜਾਬ ਦੇ ਜਲੰਧਰ ਤੇ ਗੁਰਦਾਸਪੁਰ 'ਚ ਵੀ ਵਿਜੇ ਦਿਵਸ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਜਲੰਧਰ ਡੋਗਰਾ ਰੈਜੀਮੈਂਟ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਰਗਿਲ ਦਾ ਯੁੱਧ ਇੱਕ ਵਿਸ਼ਾਲ ਯੁੱਧ ਸੀ ਤੇ ਇਸ ਯੁੱਧ ਤੇ ਜਿੱਤ ਪ੍ਰਾਪਤ ਕਰਨਾ ਆਪਣੇ ਆਪ 'ਚ ਇੱਕ ਮਿਸਾਲ ਹੈ। ਵਾਅਦਿਆਂ ਤੱਕ ਦੀ ਸੀਮਤ ਆ, ਜੈਸੇ ਕਿ ਆ ਦੇਸ਼ ਹੀ ਰਹੇ ਜੇ ਅੱਜ ਤੱਕ ਤਕਰੀਬਨ 1500 ਦਿਨ ਜੰਤਰ ਮੰਤਰ 'ਤੇ ਹੋ ਰਿਹਾ। ਜੋ ਐਕਸ ਸਰਵਿਸਮੈਨ ਆ, ਕਾਰਗਿਲ ਵਾਰ ਵਾਲੇ, ਕੋਈ ਸ਼ਹੀਦ ਹੋਏ, ਕੋਈ ਵਿਧਵਾ ਬੀਬੀਆਂ, ਉਹਨਾਂ ਦੀ ਵਨ ਰੈਂਕ ਵਨ ਪੈਨਸ਼ਨ ਉੱਥੇ ਰੋਈ ਜਾ ਰਿਹਾ। ਗੌਰਮੈਂਟ ਦੇ ਕੋਈ ਅਜੇ ਤੱਕ ਮਤਲਬ ਕਿ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ ਕਿ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਕੋਈ ਉਹਨਾਂ ਦਾ ਹੱਕ। ਤੁਹਾਨੂੰ ਦੱਸ ਦਿੰਦੇ ਹਾਂ ਆਖਿਰ ਕਾਰਗਿਲ ਦਾ ਦਿਵਸ ਮਹਾਨ ਕਿਉਂ ਹੈ। ਕਾਰਗਿਲ ਦਾ ਯੁੱਧ 1999 ਵਿਖੇ ਹੋਇਆ ਸੀ ਤੇ ਇਸ ਦਾ ਕਾਰਨ ਸੀ ਪਾਕਿਸਤਾਨ ਦੀ ਆਰਮੀ ਵੱਲੋਂ ਜ਼ਬਰਦਸਤੀ ਭਾਰਤ ਦੀ ਹੱਦ 'ਚ ਕਬਜ਼ਾ ਕਰਨਾ। ਭਾਰਤੀ ਫੌਜ ਨੇ ਕਾਰਗਿਲ ਦੀਆਂ ਪਹਾੜੀਆਂ ਤੋਂ ਪਾਕਿਸਤਾਨੀ ਫੌਜ ਨੂੰ ਖਦੇੜਿਆ ਸੀ ਤੇ ਪਾਕਿਸਤਾਨ ਤੇ ਜਿੱਤ ਹਾਸਲ ਕੀਤੀ ਸੀ। ਇਸ ਜੰਗ ਵਿੱਚ ਭਾਰਤ ਤੇ ਪਾਕਿਸਤਾਨ ਦੋਵਾਂ ਫੌਜਾਂ ਨੂੰ ਸੈਂਕੜੇ ਜਵਾਨਾਂ ਦਾ ਨੁਕਸਾਨ ਹੋਇਆ ਸੀ। ਅੱਜ ਤੋਂ 20 ਸਾਲ ਪਹਿਲਾਂ ਇਹ ਜੰਗ ਹੋਈ ਸੀ ਜਿਸ ਦੇ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਦੇਸ਼ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।